ਉਦੋਂ ਦਿੱਲੀ ਪਿਆਉ ਤੋੜਨ ਦੇ ਮਾਮਲੇ ਬਾਰੇ ਰਾਜਨੀਤਿਕ ਕਪਾਟੀਆਂ ਦੇ ਅਗਵਾ ਵੱਲੋਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਦੇ ਜਾ ਰਹੇ ਨੇ ਪਰ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਤੇ ਨਾ ਕਿਤੇ ਭਾਜਪਾ ਦੇ ਨਾਂ ਦਾ ਜ਼ਿਕਰ ਕੀਤਾ ਸੀ ਇਸੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਅੰਤਰੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਵੀ ਸਿੱਧੇ ਰੂਪ 'ਚ ਇਸ ਸਭ ਲਈ ਭਾਜਪਾ ਦੀ ਅਗਵਾਈ ਵਾਲੀ ਮਿਊਂਸੀਪਲ ਕਾਰਪੋਰੇਸ਼ਨ ਨੂੰ ਦੋਸ਼ੀ ਦੱਸਿਆ ਦੇਖੋ ਗੱਲ ਇਹ ਹੈ ਵੀ ਜਿੱਥੇ ਵੀ ਕਿਤੇ ਲੋਕਾਂ ਦੀ ਸੇਵਾ ਕਰਨ ਦੀ ਮਤਲਬ ਕੋਈ ਵੀ ਸੰਸਥਾ ਮਤਲਬ ਯਤਨ ਕਰਦੀ ਏ ਸਰਕਾਰਾਂ ਨੂੰ ਉੱਥੇ ਮਦਦ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਨਾ ਕਿ ਮਤਲਬ ਉਹਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਪਾਉਣੀ ਚਾਹੀਦੀ ਹੈ ਐਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੜੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਉੱਥੇ ਜਿਹੜਾ ਪਾਣੀ ਪਿਉਣ ਦਾ ਪਿਓ ਲਾਇਆ ਹੋਇਆ ਸੀ ਤੇ ਉਹ ਰੈਗੂਲਰ ਹੀ ਚੱਲਦਾ ਆ ਰਿਹਾ ਸੀਗਾ ਤੇ ਜੇ ਭਾਜਪਾ ਨੂੰ ਜਾਂ ਮਤਲਬ ਉੱਥੇ ਦੀ ਕਾਰਪੋਰੇਸ਼ਨ ਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਸੀ ਤਾਂ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਦੇ ਗੱਲ ਕਰਕੇ ਉਹਨਾਂ ਨੂੰ ਕੋਈ ਹੋਰ ਥਾਂ ਮੁਹੱਈਆ ਕਰਦੇ ਤੇ ਜਿੰਨਾ ਚਿਰ ਹੋਰ ਥਾਂ ਮੁਹੱਈਆ ਨਹੀਂ ਸੀ ਹੋ ਸਕਦੀ ਉਹਨਾਂ ਚਰੋਂ ਪਿਓ ਨੂੰ ਤੋੜਨ ਦਾ ਯਤਨ ਨਹੀਂ ਸੀ ਕਰਨਾ ਚਾਹੀਦਾ ਮੈਂ ਸਮਝਦਾ ਇਹ ਮੰਦ ਭਾਗੀ ਚੱਲਦਾ ਔਰ ਇਹਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਇਹਦੇ ਲਈ ਬੀਜੇਪੀ ਵੀ ਔਰ ਕਾਰਪੋਰੇਸ਼ਨ ਦੋਨੇ ਜਿਹੜੀਆਂ ਨੇ ਸੰਸਥਾਵਾਂ ਇਹਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ